ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮੋਰਿੰਡਾ ਵਿਖੇ ਸ਼ਹਿਰ 'ਚ 100% ਵਾਟਰ ਸਪਲਾਈ ਅਤੇ ਸੀਵਰੇਜ ਨਹਿਰੀ ਪਾਣੀ ਦੀ ਸਪਲਾਈ ਅਜੇ 5 ਕਰੋੜ ਦੀ ਲਾਗਤ ਨਾਲ ਉਸਾਰੇ ਜਾਣ ਵਾਲੇ ਪ੍ਰਬੰਧਕੀ ਕੰਪਲੈਕਸ ਦੇ ਵਿਕਾਸ ਕਾਰਜਾਂ ਨੀਂਹ ਪੱਥਰ ਰੱਖਿਆ। ਇਸ ਮੌਕੇ 'ਤੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਸ਼ਹਿਰ ਵਿੱਚ ਪਾਣੀ ਦਾ ਲੈਵਲ ਡੂੰਘਾ ਹੋਣ ਕਾਰਨ ਸ਼ਹਿਰ ਵਿੱਚ ਪਾਣੀ ਸਪਲਾਈ ਕਰਨ ਦੀ ਕਿੱਲਤ ਆ ਰਹੀ ਹੈ, ਜਿਸ ਦੇ ਚੱਲਦਿਆਂ ਸ਼ਹਿਰ ਨੂੰ ਨਹਿਰੀ ਪਾਣੀ ਦੀ ਸਪਲਾਈ ਨਾਲ ਜੋੜਿਆ ਜਾਵੇਗਾ। ਇਸ ਤਰ੍ਹਾਂ ਸ਼ਹਿਰ ਵਿੱਚ 100% ਸੀਵਰੇਜ ਦਾ ਕੰਮ ਵੀ ਮੁਕੰਮਲ ਕੀਤਾ ਜਾਵੇਗਾ। ਉਹਨਾਂ ਅੱਗੇ ਕਿਹਾ ਕਿ ਮੋਰਿੰਡਾ ਸਬ ਡਿਵੀਜ਼ਨ ਦੇ ਲਈ ਪ੍ਰਬੰਧਕੀ ਕੰਪਲੈਕਸ ਦੀ ਘਾਟ ਹੈ, ਜਿਸ ਲਈ ਅਨਾਜ ਮੰਡੀ ਮੋਰਿੰਡਾ ਵਿਖੇ 5 ਕਰੋੜ ਦੀ ਲਾਗਤ ਨਾਲ ਪ੍ਰਬੰਧਕੀ ਕੰਪਲੈਕਸ ਬਣਾਇਆ ਜਾਵੇਗਾ, ਜੋ 1 ਸਾਲ ਵਿੱਚ ਮੁਕੰਮਲ ਕਰ ਦਿੱਤਾ ਜਾਵੇਗਾ। ਇਸ ਮੌਕੇ ਉਹਨਾਂ ਨੇ ਆਮ ਆਦਮੀ ਪਾਰਟੀ ਦੀ ਸਥਿਤੀ 'ਤੇ ਵੀ ਤੰਜ ਕੱਸੇ। ਮੋਰਿੰਡਾ ਤੋਂ ਮਨਜੀਤ ਤਿਮਾਨ ਦੀ 0 ਲਾਈਨ ਟੀਵੀ ਦੀ ਰਿਪੋਰਟ। ਦੇਖੋ, ਸਾਡੇ ਮੋਰਿੰਡੇ ਸ਼ਹਿਰ ਦਾ ਜਿਹੜਾ ਪਾਣੀ ਹੈ ਧਰਤੀ ਤੋਂ ਆ ਰਿਹਾ, ਉੱਪਰਲਾ ਪਾਣੀ ਬਹੁਤ ਖਰਾਬ ਹੈ, ਉਹਦਾ ਪੀਣ ਦੀ ਹਾਲਾਤ ਵਿੱਚ ਨਹੀਂ ਆ, ਬਹੁਤ ਡੂੰਘਾ ਪਾਣੀ ਲੈ ਕੇ ਆਉਣਾ ਪੈ ਰਿਹਾ। ਇਸ ਕਰਕੇ ਜਿਹੜਾ ਚੰਡੀਗੜ੍ਹ ਨੂੰ ਪਾਣੀ ਜਾ ਰਿਹਾ ਕਜੌਲੀ ਵਾਟਰ ਵਰਕਸ ਤੋਂ, ਉਹਦੇ ਵਿੱਚੋਂ ਇਹੀ ਮੋਰਿੰਡਾ ਅਤੇ ਖਰੜ ਨੂੰ ਪਾਣੀ ਬਣਾਉਣ ਦੀ ਤਜਵੀਜ਼ ਬਣਾਈ ਹੈ, ਕੰਟਰੈਕਟ ਹੋ ਗਿਆ, ਪੈਸੇ ਮਨਜ਼ੂਰ ਹੋ ਗਏ ਹੈ। 74 ਕਰੋੜ ਰੁਪਏ ਦੀ ਲਾਗਤ ਦੇ ਨਾਲ ਮੋਰਿੰਡੇ ਦੇ ਸੀਵਰੇਜ ਦਾ ਕੰਮ ਅਤੇ ਮੋਰਿੰਡਿਆ ਸ਼ਹਿਰ ਨੂੰ ਪਾਣੀ ਹੈ ਜਿਹੜਾ ਉਹ ਕਜੌਲੀ ਵਾਟਰ ਵਰਕਸ ਤੋਂ ਦੇਣ ਦਾ ਕੰਮ ਹੈ, ਉਹਦਾ ਨੀਂਹ ਪੱਥਰ ਅੱਜ ਰੱਖਿਆ, ਸਾਰੇ ਪ੍ਰੋਸੈਸ ਸਟਾਰਟ ਹੋ ਗਏ ਹੈ। 1 ਸਾਲ ਦੇ ਵਿੱਚ ਅਸੀਂ ਇਹ ਜਿਹੜਾ ਪਾਣੀ ਹੈ ਇਹ ਸ਼ਹਿਰ ਨੂੰ ਮਿਲਣ ਲੱਗ ਜਾਣਾ, ਅਤੇ ਸੀਵਰੇਜ ਦਾ ਕੰਮ ਹੈ ਜਿਹੜਾ ਮੋਰਿੰਡੇ ਦਾ ਉਹ ਸ਼ੁਰੂ ਕਰ ਚੁੱਕੇ ਸੀ, ਅਤੇ ਉਹ ਵੀ ਲਗਭਗ 6 ਮਹੀਨੇ 'ਚ ਕੰਪਲੀਟ ਹੋ ਜਾਣਾ। ਇਸੇ ਤਰ੍ਹਾਂ ਸਾਡੇ ਸਬ ਡਿਵੀਜ਼ਨ ਬਣੀ ਹੋਈ ਹੈ, ਲੇਕਿਨ ਇੱਥੇ ਦਫ਼ਤਰ ਨਹੀਂ ਸੀ। ਅਸੀਂ 2 ਏਕੜ ਜ਼ਮੀਨ ਦਾਣਾ ਮੰਡੀ ਮਾਰਕੀਟਿੰਗ ਬੋਰਡ ਤੋਂ ਲਈ ਹੈ, ਜਿਹਦੇ ਵਿੱਚ 5 ਕਰੋੜ ਰੁਪਏ ਦੀ ਲਾਗਤ ਦੇ ਨਾਲ ਇੱਥੇ ਸਬ ਡਿਵੀਜ਼ਨ ਦਾ ਦਫ਼ਤਰ ਬਣਾਉਣ ਵਾਸਤੇ ਮੈਂ ਅੱਜ ਨੀਂਹ ਪੱਥਰ ਰੱਖਿਆ, ਅਤੇ ਇਹ ਜਿਹੜੀ ਬਿਲਡਿੰਗ ਹੈ ਇਸ ਸਾਲ ਦੇ ਵਿੱਚ ਕੰਪਲੀਟ ਹੋ ਕੇ ਦਫ਼ਤਰ ਅੱਗੇ ਨੂੰ ਇੱਥੇ ਆ ਜਾਣਗੇ। ਇਹਦੇ ਵਿੱਚ ਤਹਿਸੀਲ ਦਾ ਦਫ਼ਤਰ, SDM ਦਾ ਦਫ਼ਤਰ, BDO ਦਾ ਦਫ਼ਤਰ, ਸਾਰੇ ਇੱਥੇ ਦੇ ਜਿਹੜੇ ਦਫ਼ਤਰ ਹੈ ਉਹਨਾਂ ਵਾਸਤੇ ਇਹ ਇੱਕ ਬਹੁਤ ਵਧੀਆ ਬਿਲਡਿੰਗ ਅਸੀਂ ਬਣਾਉਣ ਜਾ ਰਹੇ ਹਾਂ। ਮੇਨ ਰੋਡ 'ਤੇ ਹੈ ਇਹ, ਮੰਡੀ ਵੱਲ ਨੂੰ ਇਹਦਾ ਰਸਤਾ ਨਹੀਂ ਹੋਏਗਾ, ਬਾਹਰ ਨੂੰ ਰਸਤਾ ਹੋਏਗਾ, ਅਤੇ 2 ਏਕੜ ਦੇ ਵਿੱਚ ਬਣੇ। ਅਸੀਂ ਟਰੋਮਾ ਸੈਂਟਰ ਪਾਸ ਕਰ ਦਿੱਤਾ ਮੋਰਿੰਡੇ ਦਾ, ਚਮਕੌਰ ਸਾਹਿਬ ਦਾ ਜਿਹੜਾ ਹੋਸਪਿਟਲ ਹੈ ਉਹਨੂੰ ਸਬ ਡਿਵੀਜ਼ਨ ਲੈਵਲ ਦਾ ਕਰ ਦਿੱਤਾ ਹੈ। ਇਸ ਕਰਕੇ ਇਹਨਾਂ ਦਾ ਜਿਹੜਾ ਕੰਮ ਹੈ ਚਮਕੌਰ ਸਾਹਿਬ ਸ਼ੁਰੂ ਹੋ ਗਿਆ, ਮੋਰਿੰਡੇ ਦਾ ਕੁਝ ਦਿਨਾਂ ਸ਼ੁਰੂ ਹੋ ਜਾਏ। ਸਿੰਘ ਸਾਹਿਬ, ਇੱਕ ਆਮ ਆਦਮੀ ਪਾਰਟੀ ਵਾਲੇ ਫਿਰ ਰੌਲਾ ਪਾਉਂਦੇ ਨੇ ਵੀ 4 ਮੰਤਰੀ ਤੁਹਾਡੇ ਕਾਂਗਰਸ ਦੇ, ਉਹਨਾਂ ਦੇ ਕੰਟੈਕਟ ਦੇ ਵਿੱਚ ਹੈ, ਪਰ ਕਹਿੰਦੇ ਨਾਲ ਇਹ ਵੀ ਕਹਿੰਦੇ ਵੀ ਅਸੀਂ ਲੈਣੇ ਨਹੀਂ ਹੈ। ਯਾਰ ਇਹ ਇੱਕ ਬਹੁਤ ਨਿਆਣਾ ਮੁੰਡਾ ਹੈ ਜਿਹੜੇ ਨੂੰ ਇੱਥੇ ਜਨਰਲ ਸੈਕਟਰੀ ਇੰਚਾਰਜ ਲਗਾਇਆ ਵਾ, ਬਚਪਨਾ ਗੱਲਾਂ ਕਰਦਾ, ਨਾ ਬੁੜੀ ਮਰੀ ਹੈ, ਨਾ ਕੁੜੀ ਜੰਮੀ ਹੈ, ਨਾ ਕੋਈ ਗੱਲ ਹੈ, ਨਾ ਬਾਲ, ਐਵੇਂ ਬਿਨਾ ਮਤਲਬ ਤੇ ਮਤਲਬ ਕੋਈ ਨਾ ਕੋਈ ਛੁਰਲੀ ਛੱਡ ਦਿੰਦਾ ਜਿਹਦਾ ਕੋਈ ਮਕਸਦ ਨਹੀਂ ਹੁੰਦਾ। ਹੁਣ ਮੈਂ ਕਹਾਂਗੇ ਜੀ ਕੇਜਰੀਵਾਲ ਕਾਂਗਰਸ ਪਾਰਟੀ ਜੁਆਇਨ ਕਰ ਰਿਹਾ, ਪਰ ਅਸੀਂ ਲੈਣਾ ਨਹੀਂ, ਨਾ ਕੋਈ ਮਤਲਬ ਬਣਿਆ ਇਹਦਾ, ਨਾ ਉਹ ਕਰ ਰਿਹਾ, ਨਾ ਅਸੀਂ ਲੈਣਾ ਹੈ, ਨਾ ਕੋਈ ਗੱਲ ਹੈ, ਨਾ ਵਾਸਤਾ। ਇਹ ਇਸ ਤਰ੍ਹਾਂ ਦੀਆਂ ਜਿਹੜੀਆਂ ਛੁਰਲੀਆਂ ਇਹ ਕਿਸੇ ਤਰ੍ਹਾਂ ਹੁਣ ਪੰਜਾਬ 'ਚ ਕੰਮ ਨਹੀਂ ਆਉਣੀਆਂ। ਇਹ ਇਹਨਾਂ ਦਾ ਦਿੱਲੀ ਦੇ ਵਿੱਚ ਚੱਲ ਗਿਆ ਸੀ, ਇਹਨਾਂ ਦਾ ਪਿਛਲੀ ਵਾਰ ਵੀ ਇਹਨਾਂ ਨੇ ਕਿਹਾ ਸੀ 100 ਸੀਟਾਂ ਸਾਨੂੰ ਆਉਣਗੀਆਂ, ਅਤੇ ਜਦ ਝਾੜ ਨਿਕਲਿਆ ਤਾਂ ਨਿਕਲਿਆ ਕੁਛ ਵੀ ਨਹੀਂ, ਫਸਲ ਬਥੇਰੀ ਸੀ। ਇਸ ਵਾਰ ਉਹ ਹਾਲਤ ਵੀ ਨਹੀਂ ਹੈ। ਪਿਛਲੀ ਵਾਰ ਕਿੰਨੇ ਲੋਕ ਆਮ ਆਦਮੀ ਜੁਆਇਨ ਕਰ ਰਹੇ ਸੀ, ਐਤਕੀ ਕਿੰਨੇ ਲੋਕ ਆਮ ਆਦਮੀ ਛੱਡ ਕੇ ਜਾ ਰਹੇ। ਇਹਨਾਂ ਦੇ MLA ਛੱਡ ਚੁੱਕੇ ਆ ਅੱਧ ਤੋਂ ਜ਼ਿਆਦਾ, ਇਹਨਾਂ ਦੇ MP ਜਿਹੜੇ ਜਿੱਤੇ ਸੀ ਫਤਿਹਗੜ੍ਹ ਤੋਂ ਪਹਿਲਾਂ MP ਜਿੱਤਿਆ ਸੀ, ਗਾਂਧੀ ਜੀ ਜਿੱਤੇ ਸੀ ਪਟਿਆਲੇ ਤੋਂ, ਸਭ ਛੱਡ ਕੇ ਜਾ ਚੁੱਕੇ ਲੋਕਾਂ ਨੇ। ਔਰ ਖਾਸ ਤੌਰ 'ਤੇ ਇਹਨਾਂ ਦੇ ਆਪਣੇ ਲੀਡਰਾਂ ਨੇ ਇਹਨਾਂ ਦਾ ਦੇਖ ਲਿਆ ਕਿ ਟੋਟਲੀ ਡਰਾਮੇਬਾਜ਼ ਬੰਦੇ, ਅਸਲੀਅਤ ਦੇ ਵਿੱਚ ਕੁਛ ਨਹੀਂ ਹੈ, ਔਨ ਗਰਾਊਂਡ ਕੁਛ ਨਹੀਂ ਹੈ, ਸਿਰਫ ਗੱਲਾਂ ਦਾ ਕੜਾਹ ਬਣਾਉਂਦੇ ਆ ਔਰ ਆਪੇ ਖਾ ਲੈਂਦੇ ਆ, ਨਾ ਕੋਈ ਗੱਲ ਹੈ ਨਾ ਬਾਤ।